ਸ਼੍ਰੀਕਾਲ ਬਾਈ ਜੀ ਸਾਰਿਆਂ ਨੂੰ ਜੀ ਆਏ ਹੋਏ ਆ ਜੀ ਕਿੰਨੂ ਲੈਣ ਅੱਜ ਆ ਬੈਠਾ ਜੀ ਮਾਸੜ ਮਿਲੋ ਜੀ ਮਾਸੜ ਨੂੰ ਸਤਿ ਸ਼੍ਰੀ ਅਕਾਲ ਜੀ ਲਾਈ ਜੀ ਸੇਵਾ ਸਾਡੀ ਬਸ ਇੱਧਰ ਚੱਲਦੀ ਹੈ ਕਾਰ ਸੇਵਾ ਹੁਣ ਮਾਰੋ ਮਾਰ ਲੱਗੇ ਹੋਏ ਕਿੰਨੂ ਲੈਣ ਆਏ ਹੋਏ ਆ ਜੀ ਉਸਦੇ ਬਾਅਦ ਰੋਪੜ ਜਾਣਾ ਪਨੀਰ ਵੀ ਜਾਣਾ ਨਾ ਜੀ ਪਨੀਰ ਚੱਕਣਾ ਹੁਣ ਸਮਾਨ ਲੈ ਜਾਣਾ ਜੀ ਅਸੀਂ ਸਾਰਾ ਜੀ ਦੋਵੇਂ ਜਾਣੇ ਆਏ ਹੋਏ ਆ ਜੀ ਮਾਸੜ ਛਾਂਟ ਛਾਂਟ ਕੇ ਡੇਢ ਕੁਇੰਟਲ ਕਿੰਨੂ ਲਿਜਾਣਾ ਨਾ ਜੀ ਡੇਢ ਕੁਇੰਟਲ ਕਿੰਨੂ ਲੈ ਕੇ ਜਾਣਾ ਜੀ ਕਰ ਲਏ ਜੀ ਲਿਫਾਫੇ ਉਰੀ ਕੰਡਾ ਕਰਨਾ ਬਾਈ ਕੁੱਧਰ ਕਰਨਾ ਪਾਬੀ ਸਾਈਡ ਕਰਨਾ ਜੀ ਕੰਡਾ ਇਹਨਾਂ ਕੋਲ ਛੋਟਾ ਕੰਡਾ ਹੈ ਭਰ ਭਰ ਕੇ ਛਾਂਟ ਕੇ ਰੱਖ ਲੈਣੇ ਬਾਦਵਾਂ ਕੰਡਾ ਕਰਾਂਗੇ ਇਹਨਾਂ ਦਾ ਲਓ ਜੀ ਹੋ ਗਈ ਲਦਾਈ ਸ਼ੁਰੂ ਲੱਦ ਤਾ ਸਾਰਾ ਮਾਸੜ ਨੇ ਬਾਕੀ ਉਹਨੀ ਦਾ ਵਜਨ ਕਰਾਉਂਦੇ ਜੀ ਦੇਖਦੇ ਕਿੰਨਾ ਹੁੰਦਾ ਬਾਈ ਜਾਊਗਾ ਆਪਣੇ ਨਾਲੇ ਬਾਈ ਉੱਥੇ ਚੱਲੂਗਾ ਆਪਾਂ ਉਧਰ ਨੂੰ ਲੰਘ ਜਾਣਾ ਅੱਛਾ ਲਾਤਾ ਕਾਰ ਸੇਵੀ ਬਾਬੇ ਵਾਲੀ ਗੱਡੀ ਲਈ ਹੋਈ ਆ ਜੀ ਅਸੀਂ ਸਮਾਨ ਢੋਣੇ ਨੂੰ ਅੱਜ ਸਬਜ਼ੀ ਵੀ ਇਹਦੇ ਪਰੇ ਲਿਆਏ ਆ ਰਾਤ ਰਾਤ ਬਲੌਗ ਨਹੀਂ ਬਣਿਆ ਸਬਜ਼ੀ ਦਾ ਮਾਸੜ ਨੇ ਬਹੁਤ ਕਾਹਲੀ ਕਰੀ ਹੋਈ ਸੀ ਕਾਲੀ ਗਏ ਕੰਮ ਜਾ ਤੇ ਖਾਣ ਪੀਣ ਲੱਗੇ ਰਹਿੰਦੇ ਘਰਾਂ ਦੇਖਦੇ ਨਹੀਂ ਹੈਗੇ ਟਾਈਮ ਦੇ ਗਏ ਹੁਣ ਟਾਈਮ ਕੋਈ ਸਮਾਨ ਦਾ ਚੱਲ ਚਲਾ ਗੱਡੀ ਆ ਜਾ ਚਲੋ ਚਲੋ ਲਓ ਜੀ ਬਾਈ ਨੇ ਜੂਸ ਵੀ ਤਿਆਰ ਕਰਤਾ ਬਾਈ ਨੇ ਜੂਸ ਵੀ ਕਰਤਾ ਤਿਆਰ ਸੇਵਾ ਵਿੱਚ ਹੈ ਜੀ ਵਧੀਆ ਬਣਿਆ ਪਿਆ ਨਾ ਇੱਕ ਨੰਬਰ ਚੀਜ਼ ਹੈ ਛੇ ਪੈਂਦੀ ਵਿੱਚ ਹੈ ਥੋੜਾ ਜਿਹਾ ਪਾ ਦੇਣਾ ਵਿੱਚ ਕਿੰਨਾ ਕੁ ਪੈ ਜਾਂਦਾ ਇਹ ਡੇਢ ਕੁਇੰਟਲ ਕਿੰਨੂ ਜੀ ਕਿੰਨਾ ਪਊਗਾ ਡੇਢ ਕੁਇੰਟਲ ਕਿੰਨੂ ਚ ਰੰਗ ਬਣਾਉਣ ਨੂੰ ਵੀ ਪੈ ਜਾਣਾ ਤੁਹਾਡਾ ਜੀ ਤਿੰਨ ਕਿਲੋ ਤਿੰਨ ਕਿਲੋ ਡੇਢ ਕੁਇੰਟਲ ਕਿੰਨੂ ਮੈਂ ਤਿੰਨ ਕਿਲੋ ਬਹੁਤ ਹੈ ਪੰਜ ਲੈ ਜੂਗੇ ਕੋਈ ਜਿਆਦਾ ਮਹਿੰਗਾ ਨੀ ਚਲੀਏ ਜੀ ਚਲੋ ਜੀ ਚੱਲਦੇ ਹੁਣ ਲਓ ਜੀ ਲੱਗੇ ਕੰਡਾ ਕਰਾਉਣ ਹੁਣ ਦੇਖਦੇ ਕਿੰਨਾ ਹੁੰਦਾ ਮਿਣ ਮਿਣ ਕੇ ਵੀਰੇ ਇੱਥੇ ਰੱਖ ਲਈ ਲਾਗੇ ਹਾਂ ਲਾਗੇ ਰੱਖ ਲਿਓ ਇੱਧਰ ਰੱਖ ਲੈ ਮੱਸੜ ਲਾਗ ਚੁਕੰਦਰ ਯਾਰ ਅਸੀਂ ਰੋਪੜੇ ਦੇਖ ਚੱਕ ਲਿਆ ਇੱਕ ਤੂੰ ਚੱਕ ਲਿਆ ਕਿੰਨਾ ਹੋ ਗਿਆ ਬਾਈ ਦੇਖ ਲੈ ਬਾਈ 33 ਕਿਲੋ ਹੈ 33 ਆ
ਕੋਈ ਚੱਕ ਲਿਆ ਜੀ ਹੋਰ ਪੰਦਰਾਂ ਹੋਰ ਭਰਨੇ ਪਾਉਂਗੇ ਯਾਰ ਮੈਨੂੰ ਲੱਗਦਾ ਕਿੰਨਾ ਹੋ ਜੀ ਇਹ ਇਕੱਤੀ ਬਾ ਹੋ ਗਏ ਤੁਲੇ ਸਾਰੇ ਕਿੰਨਾ ਮੈਂ ਸਰ 2600 ਚੁੱਕ ਗਿਆ ਹਲੇ ਹੋਰ ਆਊਂਗਾ ਫਿਰ ਕਿੰਨਾ ਹੋ ਗਿਆ ਦੇਖੀ ਤਾਂ ਲਾਈ ਦਾ ਹਿਸਾਬ ਲਓ ਜੀ ਇੱਕ ਕੁਆਰਟਰ 22 ਕਿਲੋ ਹੋ ਗਏ ਡੇਢ ਲੈਣੇ ਆ ਅਸੀਂ 28 ਕਿਲੋ ਕਿੰਨੂ ਘੱਟ ਹੈ ਜੀ ਦੇਖ ਕੇ ਪਾ ਲਾ ਬਸ ਹੁਣ ਲਓ ਜੀ ਲੱਗ ਗਏ ਫਿਰ ਕਿੰਨੂ 28 ਕਿਲੋ ਕਿੰਨੂ ਘੱਟ ਗਿਆ ਸਾਡਾ ਦੋ ਲਿਫਾਫਿਆਂ ਚ ਪਊਗਾ ਜੀ ਹੁਣ ਫਿਰ ਕਿੰਨਾ ਹੋ ਗਿਆ ਤੇਰਾ ਇਹ ਮਿੱਤਰ ਹੁਣ ਦਸ ਕਿਲੋ ਹੋ ਗਿਆ ਇਹ ਦਸ ਕਿਲੋ ਪਾ ਬਾਈ ਲਿਫਾਫਾ ਲਿਆ ਇੱਧਰ ਨੂੰ ਪਾ ਲਿਫਾਫੇ ਕਹੋ ਗਿਰੇ ਇੱਧਰ ਯਾਰ ਬਾਤ 18 ਕਿਲੋ ਹੋਰ ਪਊਗਾ ਇਹਦੇ ਚ ਹੋਰ ਪਾ ਲੈਣਾ ਤਾਂ ਉਹਦੇ ਚ ਪਾ ਲੈ ਹੋਰ ਹਾਂ ਇੰਨੇ ਕਿੰਨੇ ਕੁ ਲਿਫਾਫੇ ਕਰੂੰਗਾ ਇਹਦੇ ਚ ਇੱਕ ਕ੍ਰੇਟ ਤੇਰਾ ਹੋਰ ਪੈ ਜਾਣਾ 20 ਕਿਲੋ ਪਾ ਲੈ 8 ਇੱਕ ਚ ਪਾ ਦੀ ਹੋ ਗਿਆ 20 ਕਿਲੋ ਹੋ ਗਿਆ ਤੇਰਾ ਹੁਣ 8 ਕਿਲੋ ਇੱਕ ਚ ਪਾਲਾ ਬੰਨ ਕੇ ਰੱਖ ਦੇ ਯਾਰ ਵਿੱਚ ਇਹਨੂੰ ਗੱਡੀ ਦੇ ਚੱਲ ਬਾਈ ਹੋਇਆ ਬਿੱਲ ਹੋਰ ਆ ਜਾਣਾ ਬਾਈ ਕੋਲ ਮਾਲ ਹੁਣ ਬਾਈ ਦਸ ਕਿਲੋ ਦੇਖ ਲਾ ਹੁਣ ਤੇਰਾ ਕਿੰਨਾ ਬਣਦਾ ਉਹ 2 ਕਿਲੋ ਘੱਟ ਕਰ ਲੈ ਦਸ ਕਿਲੋ ਠੀਕ ਹੈ ਜੀ ਆਹ ਕਿਲੋ ਤੁਹਾਡੀ ਕ੍ਰੇਟ ਦਾ ਰੇਟ ਹੈ ਨਾ ਵਿੱਚ ਦਾ ਕਿਲੋ ਮਾ ਤਾਂ ਫਾਲਤੂ ਠੁੱਕਿਆ ਵਿੱਚੋਂ
ਕ੍ਰੇਡ ਦਾ ਵਜਨ ਨੀ ਕੱਢਿਆ, ਕ੍ਰੇਡ ਦਾ ਵੀ ਪਾ ਤੇ ਹੁਣ ਚੱਲਦੇ ਜੀ ਬਸ ਕਿੰਨੂੰ ਲੋੜ ਆ, ਬਾਕੀ ਹੋਰ ਸਮਾਨ ਲੈਂਦੇ ਆ ਹੁਣ ਜਾ ਕੇ। ਲੋ ਜੀ ਰੋਪੜ ਆ ਗਏ ਮੰਡੀ ਚ, ਡੱਬੇ ਆਪਾਂ ਨੇ ਚੱਕ ਲਏ ਬਰਫੀ ਵਾਲੇ, ਪਤੀਸਾ ਬਰਫੀ ਲਈ ਹੈ ਜੀ, ਤੇ ਪਨੀਰ ਵੀ ਆਪਾਂ ਨੇ ਲੈ ਲਿਆ ਜੀ, ਪਨੀਰ ਆਪਣਾ ਆਪ ਹੈ ਇੱਧਰ, ਕਰੀਮ ਸਾਰਾ ਕੁਛ। ਗੋਭੀ ਘੱਟ ਗਈ ਜੀ, ਹਜੇ ਫੋਨ ਆਇਆ ਹਲਵਾਈ ਦਾ, ਕਹਿੰਦਾ ਵੀ 10 ਕਿਲੋ ਗੋਭੀ ਹੋਰ ਲਿਆਇਓ ਮੰਡੀ 'ਚ, ਲਿਆਏ ਤੇ ਆਪਾਂ 50 ਕਿਲੋ 10 ਕਿਲੋ ਗੋਭੀ ਹੋਰ ਲੈ ਕੇ ਜਾਣੀ ਹੈ ਜੀ। ਥੋੜ੍ਹੀ ਜਿਹੀ ਘਰਾਂ ਵੀ ਕੱਢ ਲਈ ਤੀ, ਲੰਗਰ ਚੱਲਦਾ ਘਰਾਂ ਵੀ, ਅਤੇ ਹੁਣ ਲੱਗਿਆ ਭਾਅ ਜੀ ਮਾਸੜ ਗੋਭੀ ਲੈਣ। ਬ੍ਰੈਡ ਵੀ ਖਰੀਦ ਲਏ 15 ਬ੍ਰੈਡ ਦੇ, ਹੁਣ ਅਸੀਂ ਕੰਪਨੀ ਵਾਲੇ ਨਹੀਂ ਖਰੀਦਦੇ ਹੈਗੇ, ਇਹਨਾਂ ਦੇ ਬਾਈਆਂ ਦੀ ਦੁਕਾਨ ਹੈ ਜਿਹਨਾਂ 'ਤੇ ਸਮਾਨ ਲੈ ਕੇ ਜਾਂਦੇ, ਕੇਕ ਕੂਕ ਇਹਨਾਂ 'ਤੇ ਲਿਜਾਂਦੇ ਸਾਰਾ, ਖਾਦੇ 'ਤੇ ਪਿਆ ਹੋਣਾ ਪੀਸ, ਹਾਂ ਇਹਨਾਂ 'ਤੇ ਹੀ ਬਣਾਏ ਪਏ ਆ ਪੀਸ, ਕਹਿੰਦੇ 1 ਨੰਬਰ ਹੈ, ਉਨਾ ਹੀ ਵਜਨ ਹੈ ਸਾਰਾ ਕੁਛ, ਨਹੀਂ ਸਾਰਾ ਕੁਛ ਉਹੀ ਉਹੀ ਚੀਜ਼ ਹੈ ਵਧੀਆ, ਉਹਦੇ ਨਾਲ ਤਾਂ ਬਣਾਏ ਪਏ, ਉਹ 35 ਰੁਪਏ 20 ਰੁਪਏ ਹੈ ਇਹਨਾਂ 'ਤੇ ਹੀ ਲਿਜਾਂਦੇ, ਆਪਾਂ ਕੇਕ ਲਿਜਾਂਦੇ ਜਿੰਨੇ ਵੀ, ਬਾਕੀ ਸਾਰਾ ਸਮਾਨ ਖਰੀਦ ਲਿਆ ਜੀ, ਹੁਣ ਘਰ ਨੂੰ ਵਾਪਸੀ ਹੈ, ਕਿੰਨੂ ਵੀ ਖਰੀਦ ਲਿਆ, ਪਨੀਰ ਵੀ ਚੱਕ ਲਿਆ, ਮਠਿਆਈ ਡੱਬੇ ਜਿਹੜਾ ਘੱਟ ਵਾਤੀ, ਆਲੂ ਘੱਟ ਦੇ, ਗੋਭੀ ਸਾਰਾ ਕੁਛ ਜਿਹੜੀ ਘੱਟ ਵਾਤੀ, ਕੱਲ੍ਹ ਮੰਡੀ 'ਚ ਫਿਰ ਪੈਕਿੰਗ ਸਾਨੂੰ 50 ਕਿਲੋ ਚਾਹੀਦੀ, 40 ਕਿਲੋ ਮਿਲੇ, 2 ਕਿਲੋ ਘੱਟ ਦੇ, ਕੋਈ ਘਰਾਂ ਬਣਾ ਲਈ, 10 ਕਿਲੋ ਗੋਭੀ ਲੈ ਲਈ, ਹੋਰ ਨਹੀਂ 60 ਕਿਲੋ ਸਾਨੂੰ ਆਲੂ ਚਾਹੀਦੇ, 50 ਕਿਲੋ ਮਿਲਿਆ, ਬਾਕੀ 10 ਕਿਲੋ ਆਲੂ ਲੈਣੇ, ਸਰ ਗਿਆ ਜੀ। ਹਾਂ ਵੀ ਮਿਲਿਆ ਵੀ, ਉੱਥੇ ਆਏ ਹੋਏ ਜੀ ਜਿੱਥੇ ਆਪਾਂ ਕੇਕ ਲੈਂਦੇ ਹਾਂ, ਇਹਨਾਂ ਦੇ ਵਧੀਆ ਕੇਕ ਉਰੀ 'ਤੇ ਜਾਂਦੇ ਸਾਰੇ ਆਪਣੇ, ਜਲਦੀ ਸਪਲਾਈ ਸਾਰੀ ਜਾਂਦੀ ਹੈ, ਕੇਕ ਜਿੰਨੇ ਵੀ ਘੱਟ ਹੁੰਦੇ ਇੱਥੇ 'ਤੇ ਜਾਂਦੇ ਆ, ਕੇਕ ਨਾਲ ਜਾਣਾ ਪਰਸੋਂ ਕੱਲ ਨੂੰ, ਕੇਕ ਦਾ ਕਿਆ ਕਰਨਾ, ਦੇਖ ਲੈ ਚੱਲੀਏ ਜੀ ਹੁਣ, ਲਿਫਾਫਾ ਹੋਰ ਪੈ ਗਏ ਜੀ ਇੱਧਰ, ਚੱਲਦੇ ਜੀ ਘਰ ਨੂੰ, ਦੇਣੇ ਆ ਦੇ ਜਾਣੇ ਮੁੱਕਦੇ ਨੇ। ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਗੋਲ ਗੱਪੇ ਬਣਾਏ ਜਾ ਰਹੇ ਭਾਅ ਜੀ, ਦੇਖ ਲਓ ਸ਼ੈਫ ਸਾਹਿਬ ਖੜੇ ਨੇ, ਨਜ਼ਰ ਰੱਖ ਰਹੇ ਨੇ ਵੀ ਠੀਕ ਬਣਦੇ ਨਹੀਂ ਬਣਦੇ, ਇਹਨੂੰ ਭਾਈ ਨੌਲੇਜ ਆ ਹੁਣ, ਇਹ ਦੇਖਦਾ ਦੇਖ ਲਈਏ ਕਿੱਦਾਂ ਬਣਦੇ ਆ, ਅੱਛਾ ਤਾਂ ਉਲਟ ਤਿਕੜੇ ਵੀ ਕੀ ਬਣਦੇ, ਮੈਂ ਜੇ ਪੁੱਛ ਲਈਏ ਕੁਛ ਨੌਲੇਜ ਵਾਲੀ ਗੱਲ ਮਿਲੂਗੀ ਭਾਈ, ਰੋਜ਼ ਕੰਮ ਕਰਦੇ, ਸਹੀ ਗੱਲ ਹੈ ਕਿ ਨਹੀਂ, ਕੋਈ ਪ੍ਰੋਫੈਸ਼ਨਲ ਹੋ ਜੀਏ ਹੈ ਨਾ, ਸਹੀ ਗੱਲ ਹੋਣਾ ਪੈਣਾ, ਤਾਂ ਹੀ ਗੱਲ ਬਣਦੀ, ਸਭ ਖਾਣਾ ਖਾ ਰਹੇ ਨੇ ਸਾਡੇ, ਆ ਦੇਖੋ ਜੀ ਡਾਇਟ ਇਹਨਾਂ ਦੀ ਇਹ ਹੈ, ਪਹਿਲਾਂ ਇਹਨਾਂ ਨੇ ਸਬਜ਼ੀ ਖਾਣੀ, ਫਿਰ ਦਹੀਂ, ਫਿਰ ਚਾਹ ਪੀਣੀ ਹੈ, ਹਲਵਾਈ ਆ ਗਏ ਬਾਈ, ਅੱਜ ਦਾ ਕੰਮ ਨਿਬੇੜਨ, ਮੰਡੀ ਵੀ ਜਾਇਆ ਸਮਾਨ ਲਿਆਂਦਾ, ਟੈਂਟ ਦੇ ਆਪਾਂ ਨੇ ਗੱਡ 'ਤੇ ਬਸ ਹੋਈ, ਹੁਣ ਚਾਣੀ ਲਾਉਣੀ ਹੈ ਇਹਦੇ ਉੱਪਰ, ਤਿਆਰ ਪਰ ਤਿਆਰ ਆ ਇਹ, ਡੀ ਸੀ ਆਪ ਤਾਂ ਦਿੱਲੀ ਵੀ ਤਾਂ ਦਿੱਲੀ ਨੇ ਬਹੁਤ ਸੇਵਾ ਕਰੀ ਅਖਬਾਰਾਂ ਦੀ, ਹੈ ਡੀ ਸੀ ਆ
ਬਈ ਦਿੱਲੀ ਵੱਲੋਂ ਸੋਰੀ ਡੀਸੀ ਵੱਲੋਂ ਅਖਬਾਰਾਂ ਦੀ ਸੇਵਾ ਕੀਤੀ ਗਈ ਹੈ ਡੀਸੀ ਬੋਕਰਾ ਬੇਰੇ ਲੱਭ ਕੇ ਚੱਕ ਲੈਂਦੇ ਨੇ ਭਾਈ ਫਾਲਤੂ ਦਿੱਲੀ ਵੀ ਬਈ ਡੀਸੀ ਨੇ ਬਹੁਤ ਅਖਬਾਰ ਵਰਤਾਇਆ ਹਾਂਜੀ ਹਾਂਜੀ ਸਾਨੂੰ ਟ੍ਰਾਇਲ ਦੇ ਵਿੱਚ ਅਖਬਾਰਾਂ ਆਉਂਦਾ ਬੈਠੇ ਨੂੰ ਵੀ ਪੜੋ ਭਾਈ ਸੋਹੀ ਡੀਸੀ ਦਾ ਤਾਂ ਧੰਨਵਾਦ ਕਰਦੇ ਬਾਈ ਬਹੁਤ ਬਹੁਤ ਠੀਕ ਹੈ ਜੀ ਹਾਂ ਚ ਹਾਂ ਗੱਲਬਾਤ ਕੋਈ ਬਸ ਠੀਕ ਹੈ ਵਧੀਆ ਚੱਲਦਾ ਕੰਮ ਕਰ ਨੀ ਚਾਹ ਵੀ ਲਾ ਜਾ ਹੁਣ ਉਹ ਆ ਦੇਖ ਚਾਹ ਵੀ ਲਾ ਜਾ ਚਾਹ ਆ ਗਈ ਚਾਹ 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 ਚੱਕ ਦੇ ਫੱਟੇ ਚਾਹ ਨਾ ਚਾਹ ਪਾਈ ਚਾਹ ਉਹ ਹੋ ਗਏ ਨੰਗੀ ਕੰਪੀ ਤਾਂ ਯਾਰ ਬਾਈ ਸਾਥ ਦੇ ਸੰਤਰੇ ਆ ਗਏ ਬਾਈ ਸੰਤਰੇ ਮੱਥੇ ਗੋਭੀ ਨੇ ਸਾਡੀ ਵਿਚਾਰੇ ਨੇ ਜੂਸ ਵੀ ਪਿਲਾਇਆ ਸਾਨੂੰ ਕਹਿੰਦਾ ਬਾਈ ਜੂਸ ਪੀਓ ਕਹਿੰਦਾ ਪਹਿਲਾਂ ਬ੍ਰੈਡ ਕਿਹੜੇ ਇਹ ਸਿਕੰਦਰ ਭੁੱਲਿਆ ਯਾਰ ਸਿਕੰਦਰ ਰਹਿ ਗਈ ਯਾਰ ਉਹ ਤਾਂ ਮੋਟਰਸਾਈਕਲ ਜਾ ਕੇ ਲਿਆਵਾਂ ਚੱਲ ਮਾਸੜ ਨੂੰ ਮੈਂ ਨਾਲੇ ਕਹੀ ਗਿਆ ਦੇਖੀ ਕਰੀ ਮੈਂ ਮਾਸੜ ਨੂੰ ਇੰਨੀ ਵਾਰ ਕਿਹਾ ਵਾ ਮਾਸੜ ਚਕੰਦਰ ਲੈ ਲੈ ਉੱਥੇ ਚਕੰਦਰ ਛੱਡੀ ਕਿੰਨੂ ਲਏ ਜਿੱਥੇ ਦੇ ਕਹਿੰਦਾ ਉੱਥੇ ਲੈਣੀ ਆ ਚਕੰਦਰ ਨਾਲ ਜੂਸ ਇੰਨਾ ਵਧੀਆ ਬਣਿਆ ਪਿਆ ਬਾਈ ਉਹਦਾ ਪੁੱਛ ਨਾ ਬ੍ਰੈਡ ਨਹੀਂ ਭਰਨੇ ਹੈਗੇ ਪਕੌੜੇ ਬ੍ਰੈਡ ਯਾਰ ਪਕੌੜੇ ਹੋ ਗਏ ਫਿਰ ਪਕੌੜੇ ਚੀਜ਼ ਹੋਰ ਹੁੰਦੀ ਆ ਬ੍ਰੈਡ ਹੁੰਦਾ ਜਿਹੜਾ ਮਾਸੜ ਕਿਆ ਯਾਰ ਬ੍ਰੈਡ ਪਕੌੜਾ ਹੀ ਆ ਜਿਹੜਾ ਬ੍ਰੈਡ ਉਹ ਵੀ ਪਕੌੜਾ ਹੀ ਆ ਫਿਰ ਪਕੌੜੀ ਬਣੇ ਬੈਠਾ ਤੇ ਕਰ ਲਾ ਬ੍ਰੈਡ ਤਾਂ ਤਾਲ ਲੈ ਹੁਣ ਅੰਦਰ ਬਾਈ ਉਹਦੇ ਚ ਪਾਉਣਾ ਤੁਸੀਂ ਜੂਸ ਚ ਬਾਈ ਨੇ ਸਾਨੂੰ ਬਣਾ ਕੇ ਪਿਲਾਇਆ ਬਾਈ ਸਰੀ ਆਇਆ ਲੱਗਦਾ ਅਨਾਰ ਰਵਾਇਆ ਹੁੰਦਾ ਅਨਾਰ ਵਾਲੀ ਸਵਾਦ ਹੁੰਦਾ ਮਸੜ 4 ਕਿਲੋ ਕੇ ਸਾਡਾ ਹੂੰ ਉੱਪੜੀ ਨਾ ਬਣਾ ਚੱਲ ਦੇਖਦੇ ਆ ਕਰਦੇ ਸੀ ਉਹ ਜੱਕ ਪਨੀਰ ਤਾਂ ਕੱਢ ਮੈਂ ਕਹੀ ਗਿਆ ਵੀ ਭੁੱਲਦੇ ਆ ਕੁਛ ਭੁੱਲਦੇ ਆ ਉੱਥੇ ਕੋਲ ਖੜੇ ਨੇ ਚਕੰਦਰ ਵਾਲੇ ਨਾਲ ਕੰਦੇ ਨਹੀਂ ਕਦੀ ਲਓ ਜੀ ਗੰਨੇ ਵਾਲੀ ਵੀ ਲੇਬਰ ਲੱਗੀ ਵੀ ਅੱਜ ਪਾਠ ਵੀ ਰੱਖਿਆ ਵਾ ਗੰਨੇ ਵਾਲੇ ਲੇਬਰ ਕੋਲ ਆਏ ਹੋਏ ਆ ਹੁਣ ਗੰਨਾ ਛਿੱਲ ਰਹੇ ਆ ਜੀ ਇਹ ਮੀਂਹ ਕਾਫੀ ਪੈ ਲਿਆ ਉੱਧਰ ਜਿਨ੍ਹਾਂ ਦਾ ਗੰਨਾ ਛਿੱਲਦੇ ਤੇ ਉਹਨਾਂ ਦੇ ਪਾਣੀ ਚੱਲਦਾ ਹੁਣ ਦੇਖਿਆ ਹੀ ਆ ਤੁਸੀਂ ਵੀ ਚੋਈ ਚੱਲ ਰਹੀ ਆ ਉੱਥੇ ਹੁਣ ਆਪਣੇ ਆ ਗਏ ਜੀ ਹੁਣ ਆਪਣਾ ਗੰਨਾ ਚੱਕੂਗੇ ਸਾਰੇ ਹੀ ਇਹ ਜਿੰਨਾ ਖੜਾ ਹੈ ਬਾਕੀ ਉਹ ਖੜਾ ਹੀ ਆਪਣਾ ਚਾਰ ਪਰਤੀਆਂ ਤਾਂ ਉਹ ਸਾਹਮਣੇ ਖੜੀਆਂ ਉੱਧਰ ਉਹ ਰਹਿੰਦੀਆਂ ਬਾਕੀ ਚਾਰ ਪਰਤੀਆਂ ਦੇ ਗੇੜੋ ਰਹੇ ਖੜਾ ਹਲੇ ਇੱਕ ਪਰਚੀ ਛਿੱਲਤੀ ਇਹਨਾਂ ਨੇ ਬਿੱਗਾ ਜਗ੍ਹਾ ਬਾਈ ਪੂਰੀ ਆਪਣੀ ਜਿਹੜੀ ਸਾਈਡ 'ਤੇ ਜੀ ਚ ਇਹ ਵੱਢ ਰਹੇ ਆ ਬਿੱਗਾ ਲੱਦਣਾ ਆਪਾਂ ਨੇ ਟਾਲੀ ਪਰ ਪੂਰਾ ਫਿਰ ਦੇਖਣਾ ਵੀ ਕਿੰਨਾ ਵਜਨ ਕਰਦਾ ਇੱਕ ਬਿੱਗੇ ਦਾ ਪਰਚੀ ਦੇ ਉੱਪਰ ਹੈ ਪਰਚੀ ਦੇ ਹਾਂ ਉਹ ਇੱਕ ਬਿੱਗੇ ਆ ਗੰਨਾ ਇਹ ਬਾਕੀ ਦੇਖਦੇ ਹੁਣ ਕਿੰਨਾ ਵਜਨ ਦਿੰਦਾ ਇਹ ਲੱਗੇ ਹੋਏ ਆ ਵਿਚਾਰੇ ਸਵੇਰ ਦੇ ਹੁਣ ਠੰਡ ਯਾਰ ਹੱਥ ਵੀ ਨਹੀਂ ਖੁੱਲਦਾ ਹੈਗਾ ਬੱਦਲ ਬਾਈ ਧੁੱਪਾਂ 'ਚ ਆਏ ਹੁੰਦਾ ਇਹ ਕੰਮ ਹੋਈ ਜਾਂਦਾ ਧੁੱਪਾਂ ਹੋਈ ਨੇ ਯਾਰ ਹੌਲੀ ਪਾ ਦਿੰਦੇ ਬਾਕੀ ਦੇਖਦੇ ਹੁਣ ਆਹ ਭਾਰੀ ਭਾਰੀ ਲੱਗਦੀ ਹੈ ਮੈਨੂੰ ਇਸ ਵਾਰ ਪਾਈ ਹੋਈ ਇਹਨਾਂ ਨੇ 250 ਭਾਰੀ ਹੋ ਜਾਣੀ ਹੈ ਵੀ
जे 100 हो गया फिर भी अपनी सोहनी एवरेज निकल जानी बिगे की। हाँ बिगे कौंटल 500 की एवरेज उस बैठती फिर भी। बाकी हम कंडा दसूंगा जाके भी क्या भाव बीत दी है। मौसम अच्छी धुप्पा दसी हुई थी बदला बाई होगी लगे इधर इन्होंने हम एक पर्ची करती है इधर दूसरी पर्ची वढ़न लग गए नाल दी नाल बड़ांगा चल इधर दूसरी पर्ची का प्रधान जी भी। हाँ जी श्रीकाल जी। श्री प्रधान जी। हाँ सर जी बस लगे हैं जी हम लंगर छकन। चलो लंगर छको भाई फिर आज प्रधान जी थले छे चक लेने टोकरे में पा देने लो भाई जी कल ही पहुंच गया चंद पहुंच गया चंद अपने टाइम है रात नू दिन नहीं आया देख ला कौन आ गया कहते कलू आ चुको भाई चुको करो कलू का पकौड़े कटनी भाई आ रखे जोड़ दो चीलू पसा के देख ला पिछड़ा कर देख ला करने पिक्चर ही करनी हूं पहुंच गया जी हलवाई साडा आया थोड़ा जहा लेटे है कि प्रोग्राम पर गया पता पहला भी प्रोग्राम बहुत है कलू को भाई जिसे को भाई बुकिंग चलती है पहला हूँ देख लो कि टाइम हो गया 7 बजे आया तैयारी करना कलू तैयारी करनी है प्रोग्राम में बुकिंग करो भाई इट कि निकले के आनी है घट्टो घट 7 किटा चाहिए चलो भाई वो तिंदे 60 ਟਾ ਕੱਲੂ ਰੱਖਿਆ ਹੋਊਗਾ ਭਾਈ ਨੋ ਵਾਲ ਨਹੀਂ ਪਾਉਣੀ ਹੈਗੀ ਕਿਡਾ ਗਿਰੀ ਜਾਂਦਾ ਦਾਦਾ ਚੱਕ ਲਿਓ ਜਾਓ ਖੱਟੀ ਮਰੀ ਆਇਓ ਖੱਟੀ ਰੱਖਿਆ ਹੋਊਗਾ ਤੇ ਸਾਦੇ ਜਗਿਆ ਹਾਂਜੀ ਹਾਂਜੀ ਛਕਿਆ ਜੀ ਤਾਂ ਹੇ ਟਿੱਟ ਹੁੰਦਾ ਕੇ ਇੱਕ ਵਾਰ ਫੇਰ ਛਕਣਾ 12 ਵਜੇ ਇਹ ਜੋਰ ਲਵਾ ਲਿਆ ਗਿਆ ਇਹਨੇ ਕੰਮ ਤਾਂ ਪੂਰਾ ਲੈ ਰਹੇ ਆ ਛਕਣੀ ਦੋ ਵਾਰ तो भाई निपट गया काम सारा बाकी हूँ दिंदे ने भाई 4 बजे आ जाइए अपना ठीक है जगह भी भाई सवेरे आऊंगा हूँ ये भी रात दे बैठे और ड्यूटी 4 बजे आऊंगे 4 बजे आऊंगे हूँ भाई उरे मैं तो चल रहना ही है साहब जो था एक सुखी भाई रूम सा सवेरे भाई 4 बजे लगना हलवाई ने अपना जगह पहुंचे उरे दलवीर तू भी 4 बजे आ जी समझ जाके ठीक है तू जी 4 बजे चलो ठीक है फिर चलो ठीक है भाई जी अपनी अज की वीडियो इतनी रोटी पानी खा रहे हैं सत श्रीकाल भाई जी सारे नु जी सत श्रीकाल जी पुष्पा अंटे फ्लावर अनुकुंटवा फायर पुष्पा नाम सुन के फ्लावर समझे क्या फायर है मैं।